ਹਾਂਜੀ ਵੀਡੀਓ ਨੂੰ ਲਾਈਕ ਕਰੋ ਤੇ ਲਵ ਫੋਰ ਐਵਰ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ। ਤੇ ਜੇ ਤੁਸੀਂ ਲਵ ਫੋਰ ਐਵਰ ਚੈਨਲ ਤੋਂ ਵੀਡੀਓ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਬੈਲ ਵਾਲੇ ਆਈਕਨ ਤੇ ਕਲਿੱਕ ਕਰ ਦਿਓ। ਲਵ ਫੋਰ ਐਵਰ ਚੈਨਲ ਦੇਖ ਰਹੇ ਦਰਸ਼ਕਾਂ ਨੂੰ ਮੇਰੇ ਵੱਲੋਂ ਜਾਨੀ ਕਿ ਦਲਜੀਤ ਸਿੰਘ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਦੋਸਤੋ, ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਜਹਾਜ਼ ਵਿੱਚ ਰੋਜ਼ਾਨਾ ਹਜ਼ਾਰਾਂ ਲੋਕ ਸਫ਼ਰ ਕਰਦੇ ਨੇ ਤੇ ਦੋਸਤੋ ਇੱਕ ਅਜਿਹੀ ਖਬਰ ਸਾਹਮਣੇ ਆਈ ਹੈ ਜਿਸ ਵਿੱਚ ਇੱਕ ਵਿਅਕਤੀ ਜਹਾਜ਼ ਵਿੱਚ ਸਫ਼ਰ ਕਰਨ ਦੇ ਦੌਰਾਨ ਬਾਥਰੂਮ ਵਿੱਚ ਜਾ ਕੇ ਕੁਝ ਅਜਿਹੀ ਹਰਕਤ ਕਰਦਾ ਹੈ ਜਿਸ ਨੂੰ ਸੁਣ ਤੁਸੀਂ ਸਾਰੇ ਹੈਰਾਨ ਹੋ ਜਾਵੋਗੇ। ਜੀ ਹਾਂ ਦੋਸਤੋ, ਬੁੱਧਵਾਰ ਤੜਕੇ ਸਵੇਰੇ ਨੂੰ ਅਲਾਕਸਾ ਏਅਰਲਾਈਨਸ ਫਲਾਈਟ 146 ਨੂੰ ਐਕੋਰੇਜ ਤੋਂ ਸੀਏਟਲ ਲਈ ਉਡਾਣ ਭਰੀ, ਪਰ ਉਡਾਣ ਤੋਂ ਥੋੜ੍ਹੀ ਦੇਰ ਬਾਅਦ ਹੀ ਏਅਰਲਾਈਨਸ ਨੂੰ ਜਹਾਜ਼ ਨੂੰ ਦੁਬਾਰਾ ਐਕੋਰੇਜ ਏਅਰਪੋਰਟ 'ਤੇ ਹੀ ਲੈਂਡ ਕਰਨਾ ਪਿਆ। ਜਹਾਜ਼ ਨੂੰ ਉਸ ਵੇਲੇ ਐਕੋਰੇਜ ਕਰਾਉਣਾ ਪਿਆ ਜਦੋਂ ਇੱਕ ਵਿਅਕਤੀ ਵੱਲੋਂ ਉਡਾਣ ਭਰਨ ਤੋਂ ਕੁਝ ਦੇਰ ਬਾਅਦ ਹੀ ਜਹਾਜ਼ ਦੇ ਬਾਥਰੂਮ 'ਚ ਨਗਨ ਹੋ ਕੇ ਆਪਣੇ ਆਪ ਨੂੰ ਬੰਦ ਕਰ ਲਿਆ ਗਿਆ। ਬੁੱਧਵਾਰ ਸਵੇਰੇ 3 ਵਜੇ ਅਲਾਸਕਾ ਏਅਰਲਾਈਨਸ ਦੇ ਪਾਇਲਟਾਂ ਵੱਲੋਂ ਜਹਾਜ਼ ਨੂੰ ਐਕੋਰੇਜ ਏਅਰਪੋਰਟ 'ਤੇ ਲੈਂਡ ਕਰਾਇਆ ਗਿਆ, ਜਿਸ ਤੋਂ ਬਾਅਦ ਪੁਲਿਸ ਅਤੇ FBI ਅਧਿਕਾਰੀਆਂ ਵੱਲੋਂ ਉਸ ਵਿਅਕਤੀ ਨੂੰ ਜਹਾਜ਼ ਦੇ ਬਾਥਰੂਮ 'ਚੋਂ ਬਾਹਰ ਕੱਢਿਆ ਗਿਆ। ਪੁਲਿਸ ਅਧਿਕਾਰੀਆਂ ਨੇ ਕਿਹਾ ਹੈ ਉਹ ਵਿਅਕਤੀ ਘਬਰਾਇਆ ਜਿਹਾ ਲੱਗ ਰਿਹਾ ਸੀ ਅਤੇ ਸਾਨੂੰ ਉਸਦੀ ਦਿਮਾਗੀ ਹਾਲਤ ਠੀਕ ਨਹੀਂ ਲੱਗ ਰਹੀ ਸੀ, ਜਿਸ ਕਾਰਨ ਉਸਨੂੰ ਮਨੋਵਿਗਿਆਨਿਕ ਜਾਂਚ ਲਈ ਨੇੜੇ ਦੇ ਇੱਕ ਹਸਪਤਾਲ 'ਚ ਦਾਖਲ ਕਰਵਾਇਆ ਗਿਆ, ਜਿਸ ਤੋਂ ਸਾਨੂੰ ਇਹ ਪਤਾ ਲੱਗ ਸਕੇ ਕਿ ਉਸ ਵਿਅਕਤੀ ਵੱਲੋਂ ਅਜਿਹੀ ਹਰਕਤ ਜਾਣਬੁੱਝ ਕੇ ਕੀਤੀ ਗਈ ਜਾਂ ਉਸਦੀ ਦਿਮਾਗੀ ਹਾਲਤ ਠੀਕ ਨਹੀਂ ਹੈ। ਪੁਲਿਸ ਨੇ ਉਸਦੀ ਪਹਿਚਾਣ ਜਨਤਕ ਨਹੀਂ ਕੀਤੀ ਹੈ। ਏਅਰਲਾਈਨਸ ਅਧਿਕਾਰੀਆਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਉਸ ਫਲਾਈਟ 'ਚ 178 ਯਾਤਰੀ ਸਵਾਰ ਸਨ ਜਿਨ੍ਹਾਂ ਨੂੰ ਇੱਕ ਵਿਅਕਤੀ ਕਾਰਨ ਸੀਏਟਲ ਜਾਣ ਲਈ ਦੇਰੀ ਹੋਈ, ਜਿਸ ਤੋਂ ਬਾਅਦ ਉਹਨਾਂ ਯਾਤਰੀਆਂ ਨੂੰ ਦੂਜੀ ਫਲਾਈਟ ਦੇ ਜ਼ਰੀਏ ਸੀਏਟਲ ਭੇਜਿਆ ਗਿਆ। ਸੋ ਦੋਸਤੋ, ਹੁਣ ਦੀ ਨਿਊਜ਼ ਇੰਨੀ ਹੀ, ਜਲਦੀ ਤੁਹਾਨੂੰ ਤਾਜ਼ੀ ਖਬਰ ਨਾਲ ਮਿਲਾਂਗੇ। ਧੰਨਵਾਦ ਜੀ, ਸਤਿ ਸ਼੍ਰੀ ਅਕਾਲ।